ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇਤਿਹਾਸ ਵਿੱਚ ਸਾਰੇ ਜਾਣਦੇ ਹਾਂ ਅਸੀਂ ਕਿ ਚੌਧਰੀ ਰਾਏ ਕੱਲੇ ਦੇ ਨੌਕਰ ਨੂਰੇ ਮਾਹੀ ਨੇ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਇੱਕ ਅਵਸਰ ਝੋਟੀ ਨੂੰ ਥਾਪੜਾ ਦੇ ਕੇ ਉਹਦਾ ਦੁੱਧ ਚੋਹਿਆ ਸੀ ਅਤੇ ਗੁਰੂ ਸਾਹਿਬ ਨੇ ਕੋਲੋਂ ਜਿਹੜਾ ਬਰਤਨ ਦਿੱਤਾ ਸੀ ਗੰਗਾ ਸਾਗਰ, ਜਿਹਦੇ ਵਿੱਚ ਕਹਿੰਦੇ ਕਿ 288 ਛੇਕ ਆ ਪੂਰੇ, ਉਹਦੇ ਵਿੱਚੋਂ ਕਹਿੰਦੇ ਰੇਤਾ ਪਾਓ ਤਾਂ ਉਹ ਤਾਂ ਬਾਹਰ ਡਿੱਗਦੀ ਆ ਉਹਨਾਂ ਸੁਰਾਖਾਂ ਰਾਹੀਂ, ਪਰ ਜੇ ਪਾਣੀ ਪਾਓ ਦੁੱਧ ਪਾਓ ਉਹ ਪਦਾਰਥ ਬਾਹਰ ਨਹੀਂ ਡੁੱਲਦਾ। ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਉਸ ਚੌਧਰੀ ਰਾਏ ਕੱਲੇ ਦੇ ਪਰਿਵਾਰ ਕੋਲ ਅੱਜ ਵੀ ਹੈਗੀ ਆ। ਤੁਸੀਂ ਦੇਖ ਰਹੇ ਇਹ ਕੁਝ ਸਾਲ ਪਹਿਲਾਂ ਲੈ ਕੇ ਇੱਥੇ ਵੀ ਆਏ ਸੀ ਦਰਸ਼ਨ ਕਰਵਾਉਣ ਵਾਸਤੇ, ਇੰਗਲੈਂਡ ਵਿੱਚ ਰਹਿੰਦੇ ਆ ਰਾਏ ਅਜ਼ੀਜ਼ ਉੱਲਾ ਖਾਨ ਸਾਹਿਬ। ਤਾਂ ਇਹ ਵੀਡੀਓ ਤੁਸੀਂ ਦਰਸ਼ਨ ਕਰ ਰਹੇ ਹਾਂ, ਪਵਿੱਤਰ ਭਾਅ ਜੀ ਹੁਣੀ ਅੱਜ ਕੱਲ੍ਹ ਉਹ UK 'ਚ ਗਏ, ਉਹਨਾਂ ਨੇ ਉੱਥੇ ਦਰਸ਼ਨ ਮਿਲੇ, ਉਹਨਾਂ ਨੂੰ ਹੋਏ ਤਾਂ ਇਹ ਵੀਡੀਓ ਭੇਜੀ ਸੀ, ਤਾਂ ਉਹਨਾਂ ਦਾ ਧੰਨਵਾਦ ਆ। ਤਾਂ ਇਹ ਦੇਖ ਲਓ ਜੀ ਬਖਸ਼ਿਸ਼ ਭਰਿਆ ਬਰਤਨ ਅੱਜ ਵੀ ਇਹ ਪਰਿਵਾਰ ਕਹਿੰਦਾ ਇਸ ਬਰਤਨ ਦੀ ਬਖਸ਼ਿਸ਼ ਨਾਲ ਹੀ ਅਸੀਂ ਪੂਰੀ ਦੁਨੀਆ ਘੁੰਮੀ ਹਾਂ। ਉਹ ਕਹਿੰਦੇ ਬਰਤਨ ਹੀ ਕਲਗੀਧਰ ਪਾਤਸ਼ਾਹ ਦੀ ਸ਼ੋਅ ਦਾ, ਇਹ ਸਾਡੀ ਸਾਰੀ ਜਿਹੜੀ ਹੈਗੀ ਆ ਪ੍ਰੋਪਰਟੀ ਆ, ਇਹੀ ਸਾਡਾ ਸਭ ਕੁਛ ਆ, ਇਹਦੀ ਸੇਵਾ ਵਿੱਚੋਂ ਕਹਿੰਦੇ ਸਾਨੂੰ ਸਭ ਕੁਛ ਮਿਲਿਆ। ਜਹਾਜ਼ਾਂ 'ਚ ਘੁੰਮਦੇ ਹਾਂ ਆਪਾਂ, ਦੁਨੀਆ ਦੇ ਦੇਸ਼ਾਂ 'ਚ ਇੰਨਾ ਸਤਿਕਾਰ ਵੱਡੇ ਵੱਡੇ ਲੋਕਾਂ ਨੂੰ ਮਿਲਦੇ, ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਆ। ਦਰਸ਼ਨ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ, ਅੱਗੇ ਵੀ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।